ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੀ ਲੜੀ ਦੇ ਵਿੱਚ ਅੱਜ ਅਸੀਂ ਜਿਸ ਬਾਰੇ ਵਿਚਾਰ ਕਰ ਰਹੇ ਹਾਂ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪਵਿੱਤਰ ਜੀਵਨ ਬਾਰੇ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਹਾਂ ਜੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਇੱਕ ਮਹਾਨ ਯੋਧੇ ਔਰ ਉੱਚ ਕੋਟੀ ਦੇ ਸਿੱਖ ਵਿਦਵਾਨ, ਵਿਆਖਿਆਕਾਰ ਅਤੇ ਮਹਾਨ ਸ਼ਹੀਦ ਹੋਏ ਹਨ। ਆਪ ਦਾ ਸਾਰਾ ਹੀ ਜੀਵਨ ਪਰਉਪਕਾਰ ਨਾਲ ਓਤ ਪੋਤ, ਇਹ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਸੁਖਮਨੀ ਸਾਹਿਬ ਦੇ ਅੰਦਰ ਜਿਹੜੀ ਗੱਲ ਬ੍ਰਹਮ ਗਿਆਨੀ ਦੇ ਗੁਣਾਂ ਬਾਰੇ ਆਉਂਦੀ ਹੈ, ਤਾਂ ਆਪਨੇ ਸਾਰਾ ਜੀਵਨ ਪਰਉਪਕਾਰ ਦੇ ਵਿੱਚ ਸਮਰਪਿਤ ਹੈ। ਅਤੇ ਜਪਜੀ ਸਾਹਿਬ ਦੇ ਅੰਦਰ ਜਿਹੜੀ ਗੱਲ, ਤਿੱਥੇ ਜੋਧ ਮਹਾਂਬਲ ਸੂਰ ਅਤੇ ਆਪ ਅਜੇ ਸੱਚ ਦੇ ਦਿਦਾਰੀ ਪੁਰਸ਼ ਹਨ, ਜਿਨ੍ਹਾਂ ਦੇ ਜੀਵਨ ਦੇ ਸਾਰੇ ਹੀ ਪੱਖ ਪ੍ਰੇਰਨਾਮਈ ਹਨ। ਆਪ ਜੀ ਬਹੁ ਪੱਖੀ ਬਹੁ ਰੰਗੀ ਸ਼ਖਸੀਅਤ ਦੇ ਮਾਲਕ ਹਨ। ਆਪ ਜੀ ਦਾ ਜਨਮ 26 ਮਾਰਚ ਸੰਨ 1644 ਨੂੰ ਪਿੰਡ ਅਲੀਪੁਰ, ਜਿਹੜਾ ਕਿ ਤਹਿਸੀਲ ਵਿੱਚ ਹੈ, ਅਲੀਪੁਰ ਤਹਿਸੀਲ, ਮੁਲਤਾਨ ਦੇ ਨੇੜੇ ਹੈ, ਅਤੇ ਭਾਈ ਮਾਈ ਦਾਸ ਦੇ ਗ੍ਰਹਿ ਅਤੇ ਮਾਤਾ ਮਧਰੀ ਜੀ ਦੀ ਕੁੱਖੋਂ ਹੋਇਆ ਹੈ। ਭਾਈ ਸਾਹਿਬ ਦੇ ਦਾਦਾ ਜੀ ਬੱਲੂ ਰਾਏ ਜੀ, ਜਿਹੜੇ ਕਿ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਲਵਾਨ ਯੋਧੇ ਸਿੱਖ ਸਨ, ਅਤੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਵੱਲੋਂ ਗੁਰੂ ਪਾਤਸ਼ਾਹ ਦੀਆਂ ਫੌਜਾਂ ਦੇ ਵਿੱਚ ਮੁਗਲਾਂ ਦੇ ਖਿਲਾਫ ਲੜਾਈਆਂ ਲੜੀਆਂ ਹਨ ਅਤੇ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਦੇ ਇਹ ਵੇਖਿਆ ਜਾਏ ਜਿਹੜਾ ਪੂਰਾ ਪਰਿਵਾਰ ਹੈ, ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਕਿ 90 ਸਿੱਖ ਜਿਹੜੇ ਹਨ ਉਹ ਸ਼ਹੀਦ ਹੋਏ ਹਨ। ਭਾਈ ਮਨੀ ਸਿੰਘ ਜੀ ਦੇ ਖਾਨਦਾਨ ਦੇ ਵਿੱਚੋਂ ਇਹਨਾਂ ਦੇ ਦਾਦਾ ਜੀ, ਇਹਨਾਂ ਦੇ ਭਰਾ, ਇਹਨਾਂ ਦੀ ਸਿੰਘਣੀ, ਯਾਨੀ ਕਿ 10 ਭਰਾ, 8 ਪੁੱਤਰ, 10 ਪੋਤਰੇ ਅਤੇ 59 ਰਿਸ਼ਤੇਦਾਰ ਜਿਹੜੇ ਨੇ ਭਤੀਜੇ ਇਤਿਆਦਿ, ਉਹ ਗੁਰੂ ਘਰ ਤੋਂ ਨਿਛਾਵਰ ਹੋਏ ਹਨ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਅਤੇ ਇਹ ਸਾਰਿਆਂ ਨੇ ਇਸ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਪੰਥ ਦੀ ਸੇਵਾ ਦੇ ਲਈ ਆਪਣਾ ਆਪਾ ਵਾਰਿਆ ਹੈ। ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋਣ ਵਾਲੇ ਭਾਈ ਦਿਆਲਾ ਜੀ ਵੀ ਆਪ ਜੀ ਦੇ ਹੀ ਭਰਾ ਸਨ। ਸੋ ਆਪ ਜੀ ਦੇ ਜੀਵਨ ਦੀ ਜੇਕਰ ਅਸੀਂ ਵਿਚਾਰ ਕਰੀਏ ਤਾਂ ਆਪ 13 ਸਾਲ ਦੇ ਸਨ ਜਦੋਂ ਕਿ 7ਵੇਂ ਗੁਰੂ ਗੁਰੂ ਹਰਿ ਰਾਇ ਸਾਹਿਬ ਦੇ
ਪਾਸ ਆਪ ਜੀ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਭਰਾ ਦੇ ਨਾਲ ਇਹਨਾਂ ਦੇ ਭਰਾਵਾਂ ਦੇ ਨਾਲ ਗੁਰੂ ਹਰਿ ਸਾਹਿਬ ਦੇ ਦਰਸ਼ਨ ਦੀਦਾਰਿਆਂ ਦੇ ਲਈ ਹਾਜ਼ਰ ਹੋਏ। ਤਾਂ ਇਹ ਗੁਰੂ ਹਰਿ ਸਾਹਿਬ ਦੇ ਦਰਬਾਰ ਦੇ ਅੰਦਰ ਇਹਨਾਂ ਦਾ ਜਿਹੜਾ ਪ੍ਰਾਰੰਭਿਕ ਜੀਵਨ ਹੈ ਉਹ ਲੰਗਰ ਦੀ ਸੇਵਾ ਕਰਨੀ, ਗੁਰੂ ਘਰ ਦੇ ਦਰਬਾਰ ਦੀ ਹੋਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਸੇਵਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਅਤੇ ਇਹਨਾਂ ਦੇ ਸੁੰਦਰ ਸਰੂਪ ਅਤੇ ਹੋਣਹਾਰ ਲੱਛਣ ਵੇਖਦਿਆਂ ਹੋਇਆਂ ਗੁਰੂ ਜੀ ਨੇ ਅਸੀਸ ਦਿੱਤੀ, ਮੰਨਿਆ ਇਹ ਗੁਨੀਆ ਹੋਵੇਗਾ ਬੀਚ ਜਗ ਸਾਰੇ, ਭਾਵ ਜਿੱਥੇ ਪਰਮਾਤਮਾ ਵੱਲੋਂ ਇਹਨਾਂ ਨੂੰ ਸੋਹਣਾ ਸਰੂਪ ਮਿਲਿਆ ਉੱਥੇ ਇਹ ਚੰਗੇ ਅਧਿਆਤਮਕ ਗੁਣਾਂ ਦੇ ਵੀ ਵਾਰਸ ਹੋਏ ਨੇ। ਅਤੇ ਇਹਨਾਂ ਨੇ ਜੱਗ ਦੇ ਵਿੱਚ ਹਰ ਤਰੀਕੇ ਦੇ ਨਾਲ ਆਪਣਾ ਪ੍ਰਗਟ ਕੀਤਾ ਅਤੇ ਸੇਵਾ ਦੇ ਰਾਹੀਂ ਹਰ ਗੁਰੂ ਸਾਹਿਬਾਨ ਦਾ, ਗੁਰੂ ਹਰਿ ਸਾਹਿਬ, ਗੁਰੂ ਤੇਗ, ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਪੰਥ ਦੀ ਸੇਵਾ ਦੇ ਵਿੱਚ ਲਗਾਤਾਰ ਤਤਪਰ ਰਹੇ ਹਨ। ਅਸੀਂ ਜੇਕਰ ਇਹਨਾਂ ਦੇ ਜੀਵਨ ਦੇ ਵਿੱਚ ਗੱਲ ਕਰੀਏ ਤਾਂ ਇਹ ਜਦੋਂ 15 ਸਾਲ ਦੇ ਹੋਏ ਨੇ ਤਾਂ ਭਾਈ ਮਾਈ ਦਾਸ ਜੀ ਇਹਨਾਂ ਨੂੰ ਵਾਪਸ ਲਿਜਾਣ ਦੇ ਲਈ ਕਿ ਇਹਨਾਂ ਦਾ ਅਸੀਂ ਆਨੰਦ ਕਾਰਜ ਕਰ ਰਿਹਾ ਹੈ, ਵਿਆਹ ਰਚਾ ਦੇਈਏ, ਤਾਂ ਆਪ ਜੀ ਦਾ ਵਿਆਹ ਭਾਈ ਲੱਖੀ ਸ਼ਾਹ ਵੰਜਾਰਾ ਦੀ ਪੁੱਤਰੀ ਸੀਤੋ ਜੀ ਨਾਲ ਹੋਇਆ, ਜੋ ਕਿ ਜੁਲਾਈ ਅਗਸਤ ਸਾਲ 1659 ਦੇ ਵਿੱਚ ਹੋਇਆ ਹੈ। ਹਾੜ੍ਹ ਦੀ ਪੂਰਨਮਾਸ਼ੀ ਸਾਨੂੰ ਦਿਨ ਮਿਲਦਾ ਪਟਵਈਆਂ ਦੇ ਅਨੁਸਾਰ ਕਿ ਜਿਸ ਦਿਨ ਇਹ ਵਿਆਹ ਹੋਇਆ ਉਸ ਦਿਨ ਹਾੜ੍ਹ ਦੀ ਪੂਰਨਮਾਸ਼ੀ ਸੀ। ਅਤੇ ਕੁਝ ਸਮਾਂ ਇਹ ਘਰ ਵਿੱਚ ਰਹੇ ਨੇ ਅਤੇ ਫਿਰ ਗੁਰਦਰਬਾਰ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੋ ਗਏ ਨੇ। ਅਤੇ ਉਸੇ ਤਰ੍ਹਾਂ ਹੀ ਕੀਰਤਪੁਰ ਪਹੁੰਚ ਕੇ ਇਹਨਾਂ ਨੇ ਹਰ ਤਰ੍ਹਾਂ ਦੀ ਸੇਵਾ, ਲੰਗਰ ਦੇ ਭਾਂਡੇ ਮਾਂਜਣੇ, ਤੱਪੜ ਚਾੜਨੇ, ਲੰਗਰ ਦੀ ਸੇਵਾ ਕਰਨੀ ਇਤਿਆਦਿ। ਅਤੇ ਗੁਰੂ ਹਰਿ ਸਾਹਿਬ ਜਦੋਂ ਜੋਤੀ ਜੋਤ ਸਮਾਏ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਇਹ ਉਹਨਾਂ ਦੇ ਦਰਬਾਰ ਵਿੱਚ ਸੇਵਾ ਵਿੱਚ ਰਹੇ ਨੇ। ਅਤੇ ਗੁਰੂ ਪਾਤਸ਼ਾਹ ਦੇ ਨਾਲ ਇਹ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਨਾਲ ਇਹ ਦਿੱਲੀ ਵੀ ਆਏ ਨੇ। ਅਤੇ ਇਹਨਾਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਬਕਾਲੇ ਤੱਕ ਜਾਂਦੇ ਨੇ ਔਰ ਬਕਾਲੇ ਜਾ ਕਰਕੇ ਉਹਨਾਂ ਦੇ ਪਾਸ ਰਹਿ ਕੇ ਫਿਰ ਇਹ ਆਪਣੇ ਪਿੰਡ ਅਲੀਪੁਰ ਆ ਜਾਂਦੇ ਨੇ। ਅਤੇ 1672 ਦੇ ਅੰਦਰ ਮੁੜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਅਨੰਦਪੁਰ ਜਾ ਹਾਜ਼ਰ ਹੁੰਦੇ ਨੇ ਅਤੇ ਉਸੇ ਤਰ੍ਹਾਂ ਸੇਵਾ ਦੇ ਵਿੱਚ ਲੱਗ ਜਾਂਦੇ ਨੇ। 9ਵੇਂ ਪਾਤਸ਼ਾਹ ਜਦੋਂ ਦਿੱਲੀ ਦੇ ਵਿੱਚ ਸ਼ਹੀਦੀ ਦੇਣ ਦੇ ਲਈ ਜਾਂਦੇ ਹਨ ਤਾਂ ਭਾਈ ਮਨੀ ਸਿੰਘ ਜੀ, ਉਸ ਵੇਲੇ ਇਹਨਾਂ ਦਾ ਨਾਂ ਮਨੀਆਂ ਕਰਕੇ ਹੈ, ਗੁਰੂ ਗੋਬਿੰਦ ਰਾਏ ਜੀ ਪਾਸ ਇਹ ਅਨੰਦਪੁਰ ਦੇ ਵਿੱਚ ਹੀ ਰਹਿੰਦੇ ਹਨ। ਆਪ ਜੀ ਨਾਮ ਬਾਣੀ ਦੇ ਰਸੀਏ, ਪੋਥੀਆਂ ਦੇ ਲਿਖਾਰੀ ਅਤੇ ਯੁੱਧ ਵਿੱਦਿਆ ਦੇ ਵਿੱਚ ਪੂਰੇ ਪ੍ਰਵੀਨ, ਸਿੱਖੀ ਸਿਦਕ ਵਿੱਚ ਪੂਰੀ ਤਰ੍ਹਾਂ ਯਕੀਨ ਰੱਖਣ ਵਾਲੇ ਸਨ। ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਗਏ ਹਨ ਤਾਂ ਭਾਈ ਮਨੀ ਸਿੰਘ ਜੀ ਵੀ ਗੁਰੂ ਸਾਹਿਬ ਦੇ ਨਾਲ ਪਾਉਂਟਾ ਸਾਹਿਬ ਨੇ,
ਗੁਰੂ ਸਾਹਿਬ ਨੇ ਪੌਂਟਾ ਦੇ ਵਿੱਚ ਕਵੀ ਦਰਬਾਰ ਸਜਾਏ ਨੇ ਅਤੇ ਭਾਈ ਮਨੀ ਸਿੰਘ ਜੀ ਵੀ ਇੱਕ ਕਵੀ ਦੇ ਤੌਰ 'ਤੇ ਬਤੌਰ ਕਵੀ ਬਹੁਤ ਕਵਿਤਾਵਾਂ ਰਚ ਕੇ ਔਰ ਗੁਰੂ ਪਾਤਸ਼ਾਹ ਦੇ ਸਮੇਂ ਪਹਿਲੀ ਕਤਾਰ ਦੇ ਕਵੀਆਂ ਦੇ ਵਿੱਚ ਆਪਦਾ ਨਾਂ ਗਿਣਿਆ ਜਾਂਦਾ ਰਿਹਾ। ਜੇਕਰ ਪੰਗਾਣੀ ਦਾ ਯੁੱਧ ਹੋਇਆ ਤਾਂ ਪੰਗਾਣੀ ਦੇ ਯੁੱਧ ਵਿੱਚ ਭਾਈ ਮਨੀ ਸਿੰਘ ਜੀ ਨੇ ਚੰਗੇ ਜੰਗੀ ਜੋਹਰ ਵੀ ਵਿਖਾਏ ਨੇ। ਉਸ ਤੋਂ ਬਾਅਦ ਜੇਕਰ ਨੰਦੌਨ ਦਾ ਯੁੱਧ ਹੋਇਆ ਤਾਂ ਨੰਦੌਨ ਦੇ ਯੁੱਧ ਵਿੱਚ ਵੀ ਆਪ ਨੇ ਪੂਰੀ ਤਰ੍ਹਾਂ ਪੂਰੀ ਤਨਦੇਹੀ ਦੇ ਨਾਲ ਉਸ ਵਿੱਚ ਹਿੱਸਾ ਲਿਆ। ਇੱਥੋਂ ਤੱਕ ਕਿ ਹੁਸੈਨੀ ਯੁੱਧ ਵਿੱਚ ਵੀ ਆਪ ਜੀ ਦੀ ਜਿਹੜੀ ਸ਼ਮੂਲੀਅਤ ਹੈ ਉਹ ਪੂਰੀ ਤਰ੍ਹਾਂ ਸਾਨੂੰ ਮਿਲਦੀ ਹੈ ਔਰ ਬੜੇ ਸਲੀਕੇ ਦੇ ਨਾਲ ਬੜੇ ਚੰਗੇ ਢੰਗ ਦੇ ਨਾਲ ਇਹਨਾਂ ਨੇ ਯੁੱਧ ਵਿੱਦਿਆ ਵਿੱਚ ਆਪਣੀ ਜਿਹੜੀ ਨਿਪੁੰਨਤਾ ਹੈ ਉਹ ਦਰਸਾਈ ਹੈ। ਬਾਬਾ ਰਾਮ ਰਾਏ ਜੀ ਜਿਹੜੇ ਕਿ ਦੇਹਰਾਦੂਨ ਵਿੱਚ ਸਨ ਅਤੇ ਜਦੋਂ ਪਾਉਂਟਾ ਸਾਹਿਬ ਗੁਰੂ ਸਾਹਿਬ ਰਹੇ ਨੇ ਤਾਂ ਉੱਥੋਂ ਦੇ ਮਸੰਦ ਗੁਰਬਖਸ਼ ਨੇ ਪੰਜਾਬ ਕੋਰ ਜਿਹੜੇ ਕਿ ਬਾਬਾ ਰਾਮ ਰਾਏ ਜੀ ਦੇ ਘਰੋਂ ਮਹਿਲ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਬਿਨੇ 'ਤੇ ਗੁਰੂ ਗੋਬਿੰਦ ਸਿੰਘ ਜੀ ਪਾਸ ਜਦੋਂ ਸਹਾਇਤਾ ਲਈ ਮੰਗ ਪਹੁੰਚਦੀ ਹੈ ਤਾਂ ਭਾਈ ਮਨੀ ਸਿੰਘ ਜੀ ਹੀ ਕੁਝ ਗੁਰਸਿੱਖਾਂ ਨੂੰ ਨਾਲ ਲਿਜਾ ਕਰਕੇ ਔਰ ਉਸ ਥਾਂ ਦੇ ਉੱਤੇ ਦੇਹਰਾਦੂਨ ਵਿੱਚ ਪੰਜਾਬ ਕੋਰ ਦੀ ਸਹਾਇਤਾ 'ਤੇ ਲਈ ਜਾਂਦੇ ਨੇ ਅਤੇ ਉਹ 50 ਕੁ ਸਿੱਖ ਆਪ ਜੀ ਦੇ ਨਾਲ ਜਾਂਦੇ ਨੇ ਅਤੇ ਗੁਰਬਖਸ਼ ਨੇ ਜਿਹੜਾ ਗੁਰਬਖਸ਼ ਮਸੰਦ ਹੈ ਉਸ ਨੇ ਗੁਰੂ ਘਰ ਦੀ ਨਿੰਦਿਆ ਵੀ ਕੀਤੀ ਹੈ ਤਾਂ ਆਪ ਜੀ ਉਸ ਨੂੰ ਚੰਗੀ ਤਰ੍ਹਾਂ ਸੋਧਦੇ ਨੇ ਅਤੇ ਗੁਰੂ ਅਪਮਾਨ ਦਾ ਬਦਲਾ ਲੈ ਕੇ ਖੰਡਾ ਖੜਕਾ ਕੇ ਵਾਪਸ ਆ ਜਾਂਦੇ ਨੇ। 1691 ਦੇ ਅੰਦਰ ਜਿਹੜੀ ਵਿਸਾਖੀ ਦੇ ਮੌਕੇ 'ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਨੀ ਸਿੰਘ ਜੀ ਦੀ ਜਿਹੜੀ ਸਿੱਖੀ ਸਿਦਕ ਅਤੇ ਜਿਹੜੀ ਤਨਦੇਹੀ ਨਾਲ ਗੁਰੂ ਦਰਬਾਰ ਦੀ ਸੇਵਾ ਕਰ ਰਹੇ ਨੇ ਅਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਦਰਬਾਰ ਦੇ ਦੀਵਾਨ ਦੀ ਉਪਾਧੀ ਬਖਸ਼ਦੇ ਨੇ ਅਤੇ ਜਿਹੜੀ ਜ਼ਿੰਮੇਦਾਰੀ ਗੁਰੂ ਦਰਬਾਰ ਦੇ ਦੀਵਾਨ ਦੀ ਹੈ ਉਹ ਆਪ ਜੀ ਨੂੰ ਮਿਲਦੀ ਹੈ। ਔਰ 1699 ਦੀ ਵਿਸਾਖੀ ਸਮੇਂ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤਾਂ ਉਸ ਵੇਲੇ ਵੀ ਭਾਈ ਮਨੀ ਸਿੰਘ ਜੀ ਆਪਣੇ ਭਰਾਵਾਂ ਅਤੇ 5 ਪੁੱਤਰਾਂ ਦੇ ਨਾਲ ਅੰਮ੍ਰਿਤ ਛੱਕ ਕੇ ਖਾਲਸੇ ਦੇ ਵਿੱਚ ਸ਼ਮੂਲੀਅਤ ਲੈ ਲੈਂਦੇ ਨੇ। ਇਸ ਤੋਂ ਪਹਿਲਾਂ ਸਾਨੂੰ ਜਿਹੜੇ ਗੱਲ ਸਮਾਚਾਰ ਮਿਲਦਾ ਕਿ 1696 ਦੇ ਅੰਦਰ ਜਿਹੜੇ ਸੋਢੀ ਹਰਜੀ ਹਨ ਭਾਵ ਬਾਬਾ ਪ੍ਰਿਥੀ ਚੰਦ ਜੀ, ਅਸੀਂ ਜੇਕਰ ਅੰਮ੍ਰਿਤਸਰ ਦਾ ਇਤਿਹਾਸ ਵੇਖੀਏ ਤਾਂ ਗੱਲ ਇਹ ਹੈ ਕਿ 1634 ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਦੀ ਚੌਥੀ ਜੰਗ ਤੋਂ ਬਾਅਦ ਕੀਰਤਪੁਰ ਚਲੇ ਜਾਂਦੇ ਹਨ ਅਤੇ ਹੁਣ ਜਿਹੜਾ ਮੁਕਾਮ ਹੈ ਉਹ ਕੀਰਤਪੁਰ ਹੀ ਰੱਖਿਆ ਜਾਂਦਾ ਹੈ। 1634 ਤੋਂ ਲੈ ਕੇ 1696 ਤੱਕ ਜਿਹੜਾ ਅੰਮ੍ਰਿਤਸਰ ਸ਼ਹਿਰ ਦਾ ਅਤੇ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਪ੍ਰਿਥੀ ਚੰਦ ਅਤੇ ਉਹਨਾਂ ਦੇ ਜਾਨਸ਼ੀਨਾਂ ਵੱਲੋਂ ਹੁੰਦਾ ਰਿਹਾ, ਜਿਸ ਵਿੱਚ ਹੁਣ 1696 ਵਿੱਚ ਜਿਹੜੇ ਸੋਢੀ ਹਰਜੀ ਨੇ ਇਹਨਾਂ ਦੀ ਆਪਸ ਦੇ ਵਿੱਚ ਕੁਝ ਅਣਬਣ ਹੁੰਦੀ ਹੈ ਅਤੇ ਇਹ ਅੰਮ੍ਰਿਤਸਰ ਨੂੰ ਛੱਡ ਜਾਂਦੇ ਨੇ। ਹੁਣ ਅੰਮ੍ਰਿਤਸਰ ਦੀ ਜਿਹੜੀ ਸੰਗਤ ਹੈ
ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸ ਬਿਨੈ ਕਰਦੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਮੁੜ ਬਹਾਲ ਕੀਤੀ ਜਾਵੇ ਜਿਹੜੀ ਪੰਥਕ ਮਰਿਆਦਾ ਹੈ, ਜਿਹੜੀ ਗੁਰਮਰਿਆਦਾ ਗੁਰੂ ਪਾਤਸ਼ਾਹ ਜਿਹੜੀ ਕਿ ਕੀਰਤਪੁਰ ਵਿੱਚ ਰਹੀ ਹੈ, ਜਿਹੜੀ ਕਿ ਅਨੰਦਪੁਰ ਦੇ ਵਿੱਚ ਰਹੀ ਹੈ, ਜਿਹੜੀ ਪਾਉਂਟਾ ਦੇ ਵਿੱਚ ਰਹੀ ਹੈ, ਉਹ ਮਰਿਆਦਾ ਅੰਮ੍ਰਿਤਸਰ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ 1634 ਤੋਂ ਪਹਿਲਾਂ ਜਿਸ ਤਰ੍ਹਾਂ ਦੀ ਮਰਿਆਦਾ ਰੱਖੀ ਹੋਈ ਸੀ, ਹੁਣ ਉਹ ਜਿਹੜੀ ਬਦ ਇੰਤਜ਼ਾਮੀ ਜਿਹੜੀ ਇਸ ਵੇਲੇ ਹੋਈ ਹੈ ਉਸ ਨੂੰ ਹਟਾ ਕਰਕੇ ਇਸ ਨੂੰ ਜਿਹੜੀ ਪ੍ਰਵਾਨਿਤ ਗੁਰਮਰਿਆਦਾ ਉਹਦੇ ਅਨੁਸਾਰ ਰੱਖਿਆ ਜਾਏ, ਤਾਂ ਗੁਰੂ ਪਾਤਸ਼ਾਹ ਭਾਈ ਮਨੀ ਸਿੰਘ ਜੀ ਨੂੰ ਇਸ ਕੰਮ ਵਾਸਤੇ 1696 ਦੇ ਵਿੱਚ ਅੰਮ੍ਰਿਤਸਰ ਭੇਜ ਦਿੰਦੇ ਨੇ। ਔਰ 1600 ਗੁਰੂ ਭਾਈ ਮਨੀ ਸਿੰਘ ਜੀ ਗੁਰੂ ਪਾਤਸ਼ਾਹ ਪਾਸ ਗਾਹੇ ਬਗਾਏ ਆਉਂਦੇ ਵੀ ਨੇ। ਇਹ ਜਿਹੜਾ ਪੂਰਾ ਅੰਮ੍ਰਿਤਸਰ ਦਾ ਜਿਹੜਾ ਪ੍ਰਬੰਧ ਹੈ, ਇੱਥੋਂ ਦੀ ਮਰਿਆਦਾ ਮੁੜ ਬਹਾਲ ਕਰਨੀ, ਅਕਾਲ ਬੁੰਗੇ ਦੀ ਮਰਿਆਦਾ ਨੂੰ ਮੁੜ ਬਹਾਲ ਕਰਨਾ, ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਨ ਦੀ ਜਿਹੜੀ ਜ਼ਿੰਮੇਦਾਰੀ ਸੀ, ਇਹ ਭਾਈ ਮਨੀ ਸਿੰਘ ਜੀ ਨੂੰ 1696 ਦੇ ਵਿੱਚ ਮਿਲ ਜਾਂਦੀ ਹੈ ਔਰ ਆਪ ਦਾ ਮੁਕਾਮ ਅੰਮ੍ਰਿਤਸਰ ਹੀ ਰਹਿੰਦਾ ਹੈ। ਹੁਣ ਜਦੋਂ ਕਿਉਂਕਿ ਸੋਢੀ ਹਰਜੀਤ ਦੀ ਮ੍ਰਿਤਿਊ ਤੋਂ ਬਾਅਦ ਇਹਨਾਂ ਦੇ ਜਿਹੜੇ ਪੁੱਤਰ ਸਨ ਉਹ ਆਪਣੇ ਆਪ ਹੀ ਅੰਮ੍ਰਿਤਸਰ ਨੂੰ ਛੱਡ ਜਾਂਦੇ ਨੇ। ਸੋ ਹੁਣ ਜਿਹੜਾ ਸਮਾਂ ਸੀ ਅੰਮ੍ਰਿਤਸਰ ਨੂੰ ਗੁਰਮਰਿਆਦਾ ਦੇ ਅਨੁਸਾਰ ਕਰਨ ਦਾ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਦੀ ਜ਼ਿੰਮੇਦਾਰੀ ਭਾਈ ਮਨੀ ਸਿੰਘ ਜੀ ਨੂੰ ਦੇ ਦਿੰਦੇ ਨੇ। ਅਤੇ ਇਸ ਗੱਲ ਨੂੰ 1698 ਤੱਕ ਇਹ ਆਪ ਜੀ ਨੇ ਇਸ ਮਰਿਆਦਾ ਨੂੰ ਪੂਰਾ ਸੁਚਾਰੂ ਰੂਪ ਦੇ ਦਿੰਦੇ ਨੇ। ਅਤੇ ਹੁਣ ਦੂਰੋਂ ਦੂਰੋਂ ਸੰਗਤਾਂ ਆ ਕੇ ਅੰਮ੍ਰਿਤਸਰ ਦੇ ਵਿੱਚ ਵੀ ਜਿਹੜੀਆਂ ਰੌਣਕਾਂ ਨੇ ਉਹ ਲੱਗ ਜਾਂਦੀਆਂ ਨੇ। ਅੰਮ੍ਰਿਤਸਰ ਤੋਂ ਇਹਨਾਂ ਨੇ ਮੀਣੀਆਂ ਵੱਲੋਂ ਪਾਈਆਂ ਗਈਆਂ ਜਿਹੜੀਆਂ ਕੁਰੀਤੀਆਂ ਸਨ ਉਹਨਾਂ ਸਾਰਿਆਂ ਨੂੰ ਦੂਰ ਕਰ ਦਿੱਤਾ ਅਤੇ ਸਿੱਖ ਮਰਿਆਦਾ ਨੂੰ ਮੁੜ ਬਹਾਲ ਕੀਤਾ ਹੈ। ਦੂਰੋਂ ਦੂਰੋਂ ਸੰਗਤਾਂ ਨੇ ਜਦੋਂ ਆਉਣਾ ਅਤੇ ਇਹ ਆਪ ਨੇ ਸੰਗਤਾਂ ਨੂੰ ਅਨੰਦਪੁਰ ਵੀ ਲੈ ਕੇ ਆਉਣਾ ਅਤੇ ਇਸ ਅੰਥਕ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਦੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਨਾਂ ਇੱਕ ਹੁਕਮਨਾਮਾ ਵੀ ਦਿੱਤਾ ਹੈ ਜਿਹੜੀ ਕਿ ਇਹਨਾਂ ਵੱਲੋਂ ਕੀਤੀ ਗਈ ਸੇਵਾ ਦੀ ਪ੍ਰਸ਼ੰਸਾ ਹੈ, ਜਿਹੜਾ ਕਿ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਹੁਣ ਵੀ ਮੌਜੂਦ ਹੈ। ਜਿਹੜਾ ਗੁਰੂ ਦਸਮ ਪਾਤਸ਼ਾਹ ਨੇ ਜਿਹੜਾ ਹੁਕਮਨਾਮਾ ਇਹਨਾਂ ਦੀ ਸੇਵਾਵਾਂ ਤੋਂ ਪ੍ਰਸੰਨ ਹੋ ਕੇ ਇਹਨਾਂ ਦੇ ਦਿੱਤਾ ਹੈ ਭਾਈ ਮਨੀ ਸਿੰਘ ਜੀ ਨੂੰ, ਜੋ ਕਿ ਉਹਨਾਂ ਦੇ ਪਰਿਵਾਰ ਦੇ ਪਾਸ ਸੁਰੱਖਿਅਤ ਹੈ। ਅਨੰਦਪੁਰ ਦੀਆਂ ਜਿਹੜੀਆਂ ਪਹਿਲੀਆਂ ਲੜਾਈਆਂ ਨੇ, ਕਿਉਂਕਿ ਟੋਟਲ 5 ਲੜਾਈਆਂ ਹੋਈਆਂ ਨੇ, ਅਤੇ ਜਿਹੜੀ ਲੜਾਈ ਦਾ ਜ਼ਿਕਰ ਆਮ ਕੀਤਾ ਜਾਂਦਾ ਹੈ ਕਿ ਜਦੋਂ ਮਸਤ ਹਾਥੀ ਲੋਹਗੜ੍ਹ ਦੇ ਦਰਵਾਜ਼ੇ ਨੂੰ ਭੰਨਣ ਵਾਸਤੇ ਸ਼ਰਾਬਾਂ ਪਿਲਾ ਕੇ ਹਾਥੀ ਨੂੰ ਭੇਜਿਆ ਜਾਂਦਾ ਹੈ, ਤਾਂ ਉਸ ਹਾਥੀ ਦਾ ਮੁਕਾਬਲਾ ਕਰਨ ਦੇ ਲਈ ਭਾਈ ਬਚਿੱਤਰ ਸਿੰਘ ਅਤੇ ਭਾਈ ਉਦੇ ਸਿੰਘ ਜਿਹੜੇ ਕਿ ਭਾਈ ਮਨੀ ਸਿੰਘ ਦੇ ਬੇਟੇ ਨੇ, ਅਤੇ ਇਹਨਾਂ ਦੇ ਨਾਲ ਭਾਈ ਮਨੀ ਸਿੰਘ ਵੀ ਆਉਂਦੇ ਨੇ। ਇਹ ਗੱਲ ਵੱਖਰੀ ਹੈ ਕਿ ਜਿਹੜਾ ਨਾਗਨੀ ਬਰਛਾ ਭਾਈ ਬਚਿੱਤਰ ਸਿੰਘ ਜੀ ਉਸ ਹਾਥੀ ਦੇ ਮੱਥੇ ਵਿੱਚ ਮਾਰਦੇ ਨੇ, ਪਰ ਇਹਨਾਂ ਦੇ ਨਾਲ ਭਾਈ ਉਦੇ ਸਿੰਘ ਅਤੇ ਭਾਈ ਮਨੀ ਸਿੰਘ ਨਾਲ ਜਾਂਦੇ ਨੇ।
ਕਿਉਂਕਿ ਗੁਰਸਿੱਖ ਜਿਹੜੇ ਨੇ, ਕਿਉਂਕਿ ਜਦੋਂ ਵੀ ਕੋਈ ਹਮਲਾ ਕੀਤਾ ਜਾਂਦਾ ਹੈ ਤਾਂ ਇਕੱਲਾ ਨਹੀਂ ਜਾਂਦਾ, ਇਸ ਦੇ ਵਿੱਚ ਹੋਰ ਵੀ ਸਿੰਘ ਹੁੰਦੇ ਨੇ, ਅਤੇ ਉਹਨਾਂ ਦੇ ਵਿੱਚ ਭਾਈ ਉਦੇ ਸਿੰਘ ਅਤੇ ਭਾਈ ਮਨੀ ਸਿੰਘ ਜੀ ਆਪ ਸ਼ਮੂਲੀਅਤ ਦਿੰਦੇ ਨੇ ਜਦੋਂ ਉਹਨਾਂ ਦੇ ਬੇਟੇ ਭਾਈ ਬਚਿੱਤਰ ਸਿੰਘ ਉਸ ਮਸਤ ਹਾਥੀ ਦਾ ਮੁਕਾਬਲਾ ਕਰਦੇ ਹਨ। ਅਨੰਦਪੁਰ ਦੀਆਂ ਲੜਾਈਆਂ ਦੇ ਵਿੱਚ ਅਸੀਂ ਜੇਕਰ ਜਿਵੇਂ ਅਨੇਕਾਂ ਸਿੰਘ ਸ਼ਹੀਦ ਹੁੰਦੇ ਨੇ, ਅਨੰਦਪੁਰ ਦੀ ਲੜਾਈ, ਚਮਕੌਰ ਦੀ ਲੜਾਈ, ਪਰ ਬਾਕੀ ਦੀਆਂ ਜਿਹੜੀਆਂ ਲੜਾਈਆਂ ਨੇ, ਜਦੋਂ ਚਮਕੌਰ ਦੀ ਲੜਾਈ ਹੈ, ਇਹਨਾਂ ਦੇ ਭਰਾ ਅਤੇ ਪੁੱਤਰ ਭਾਈ ਮਨੀ ਸਿੰਘ ਜੀ ਦੇ ਉਹ ਸ਼ਹੀਦ ਹੁੰਦੇ ਨੇ। ਤਾਂ ਭਾਈ ਮਨੀ ਸਿੰਘ ਜੀ ਦੀ ਜਿਹੜੀ ਜ਼ਿੰਮੇਦਾਰੀ ਸੀ ਉਹ ਅੰਮ੍ਰਿਤਸਰ ਸਾਹਿਬ ਨੂੰ ਅਤੇ ਉੱਥੋਂ ਦੀ ਸੰਗਤ ਦੀ ਅਗਵਾਈ ਵਿੱਚ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੀ ਸੇਵਾ ਸੰਭਾਲ ਦੀ ਜ਼ਿੰਮੇਦਾਰੀ ਆਪ ਜੀ ਪਾਸ ਸੀ, ਅਤੇ ਜਦੋਂ ਇਹ ਲੜਾਈਆਂ ਹੋ ਰਹੀਆਂ ਸਨ ਤਾਂ ਆਪ ਜੀ ਅੰਮ੍ਰਿਤਸਰ ਵਿੱਚ ਆਪ ਜੀ ਦਾ ਟਿਕਾ ਸੀ, ਅਤੇ ਗੁਰੂ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਜਿਹੜੀ ਜ਼ਿੰਮੇਦਾਰੀ ਸੀ ਉਸ ਦਾ ਨਿਭਾਅ ਪੂਰੀ ਤਨਦੇਹੀ ਨਾਲ ਕਰ ਰਹੇ ਸਨ। ਜਦੋਂ ਗੁਰੂ ਪਾਤਸ਼ਾਹ ਇਹਨਾਂ ਅਨੰਦਪੁਰ ਦੀ ਪੰਜਵੀਂ ਲੜਾਈ, ਜਿਹੜਾ ਸਰਸਾ ਦੇ ਕੰਢੇ ਦੀ ਲੜਾਈ, ਰੋਪੜ ਸਰਸਾ ਪਾਰ ਕਰਕੇ ਜਿਹੜੀ ਲੜਾਈ ਹੈ, ਚਮਕੌਰ ਦੀ ਦੂਜੀ ਵੱਡੀ ਜੰਗ, ਮੁਕਤਸਰ ਦੀ ਜੰਗ, ਅਤੇ ਜਦੋਂ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਤਾਂ ਭਾਈ ਮਨੀ ਸਿੰਘ ਜੀ ਵੀ ਸੰਗਤ ਸਹਿਤ ਦਰਸ਼ਨਾਂ ਲਈ ਪਹੁੰਚਦੇ ਨੇ, ਅਤੇ ਗੁਰੂ ਜੀ ਆਪ ਜੀ ਨੂੰ ਧੀਰਜ ਦੇ ਕਰਕੇ ਪੁਨਃ ਉਹਨਾਂ ਨੂੰ ਕਹਿੰਦੇ ਨੇ ਕਿ ਆਪ ਅੰਮ੍ਰਿਤਸਰ ਆਪ ਜੀ ਚਲੇ ਜਾਓ। ਸੋ ਮਨੀ ਸਿੰਘ ਜੀ ਵਾਪਸ ਅੰਮ੍ਰਿਤਸਰ ਸ਼ਹਿਰ ਆ ਜਾਂਦੇ ਨੇ। 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1709 ਦੇ ਅੰਦਰ ਜਿਹੜੀ ਮੀਣਾ ਸੰਪਰਦਾਇ ਦੇ ਨਿਰੰਜਨ ਰਾਏ ਨੇ, ਇਹ ਸੋਢੀ ਹਰਜੀ ਦਾ ਪੁੱਤਰ ਹੈ, ਇਹ ਅੰਮ੍ਰਿਤਸਰ ਹੀ ਰਹਿੰਦਾ ਸੀ, ਅਤੇ ਇਸ ਦੇ ਦੋ ਪੁੱਤਰ ਅੱਗੋਂ ਸਨ, ਮੋਕਮ ਸਿੰਘ ਇੱਕ ਅੰਮ੍ਰਿਤਧਾਰੀ ਸੀ ਜਿਹੜਾ ਕਿ ਖਾਲਸੇ ਦੇ ਵਿੱਚ ਜਿਹੜਾ ਗੁਰਮਰਿਆਦਾ ਨੂੰ ਮੰਨਦਾ ਸੀ, ਦੂਸਰਾ ਰਾਮੂ ਮੱਲ ਸੀ, ਇਹ ਭਿੰਨ ਰੁਚੀਆਂ ਵਾਲਾ ਸੀ। ਇਸ ਨੇ ਵਪਾਰ ਹਿੱਤ ਸਿੱਖਾਂ ਦੇ ਨਾਲ ਨਾਰਾਜ਼ ਹੋਇਆ ਕਿਸੇ ਵਪਾਰਕ ਕੰਮ ਤੋਂ, ਅਤੇ ਦਸਮ ਪਿਤਾ ਦੀ ਸ਼ਾਨ ਦੇ ਵਿਰੁੱਧ ਇਸ ਨੇ ਕਈ ਕਬੂਲ ਬਚਨ ਬੋਲੇ। ਝਗੜਾ ਵਧਿਆ, ਰਾਮੂ ਮੱਲ ਨੇ ਸੂਬਾ ਲਾਹੌਰ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ, ਅੰਮ੍ਰਿਤਸਰ 'ਤੇ ਹਮਲੇ ਦੀ ਤਿਆਰੀ ਹੋਈ, ਤਾਂ ਉਸ ਹਮਲੇ ਨੂੰ ਨਾਕਾਮ ਕੀਤਾ ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦੇ ਨਾਲ ਰਲ ਕੇ। ਔਰ ਭਾਈ ਮਨੀ ਸਿੰਘ ਜੀ ਨੇ ਵੀ ਚਿੱਠੀਆਂ ਲਿਖ ਕੇ ਸਿੱਖਾਂ ਨੂੰ ਬੁਲਾ ਲਿਆ, ਧਰਮ ਯੁੱਧ ਹੋਇਆ ਅਤੇ 2.5 ਪੈਰ ਤੱਕ ਯੁੱਧ ਹੋਇਆ, ਅੰਤ ਵੈਰੀ ਹਾਰ ਕਰਕੇ ਭੱਜ ਜਾਂਦੇ ਨੇ, ਅਤੇ ਇਸ ਜਿੱਤ ਤੋਂ ਬਾਅਦ ਸਿੱਖਾਂ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਵੱਧ ਜਾਂਦਾ ਹੈ। ਹੁਣ ਸਮਾਂ ਆ ਗਿਆ ਬੰਦਾ ਸਿੰਘ ਬਹਾਦਰ ਦਾ, ਅਤੇ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਭਾਈ ਮਨੀ ਸਿੰਘ ਜੀ ਨੇ ਜਿਹੜਾ ਹੈ ਉਹ ਬੁਲੰਦ ਕੀਤੇ ਸਿੱਖਾਂ ਦੇ ਹੌਂਸਲੇ, ਅਤੇ ਭਾਈ ਮਨੀ ਸਿੰਘ ਜੀ ਨੇ ਵੀ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਜਿਹੜੀ ਅਗਵਾਈ ਹੈ ਉਹ ਪੂਰਨ ਤਨਦੇਹੀ ਨਾਲ ਕਰਦੇ ਰਹੇ ਨੇ। ਪਰ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਬਲ ਕੁਛ ਘੱਟ ਜਾਂਦਾ ਹੈ, ਕਿਉਂਕਿ ਹਕੂਮਤ ਦੇ ਨਾਲ ਸਿੱਧੀ ਟੱਕਰ ਹੋਣ ਦੇ ਨਾਲ, ਇੱਕ ਇਤਨੀ ਵੱਡੀ ਬਗਾਵਤ ਹੋਣ ਦੇ ਨਾਲ ਸਾਨੂੰ ਇਹ ਲੱਗਦਾ ਹੈ
ਕਿ ਉਸ ਵੇਲੇ ਸਿੱਖ ਜਿਹੜੇ ਸਨ ਫਿਰ ਦੁਬਾਰਾ ਸੰਗਠਿਤ ਹੋਣ ਦੇ ਲਈ ਇੱਕ ਉਪਰਾਲਾ ਕਰ ਰਹੇ ਨੇ। ਪਰ ਇਹ ਹੀ ਉਹ ਸਮਾਂ ਹੈ ਕਿ ਸਿੱਖਾਂ ਦੇ ਅੰਦਰ ਦੋ ਤਰ੍ਹਾਂ ਦੇ ਧੜੇ ਬਣ ਜਾਂਦੇ ਨੇ, ਇੱਕ ਬੰਦਈ ਖਾਲਸਾ ਦਾ, ਇੱਕ ਤੱਤ ਖਾਲਸਾ ਦਾ। ਕਿਉਂਕਿ ਸਰਕਾਰ ਵੱਲੋਂ ਵੀ ਇਹ ਕੀਤਾ ਜਾਂਦਾ ਕੁਝ ਰਿਆਇਤਾਂ ਜਿਹੜੀਆਂ ਨੇ ਬੰਦਈ ਖਾਲਸਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀਆਂ ਨੇ ਸਰਕਾਰੀ ਤੌਰ 'ਤੇ, ਕਿਉਂਕਿ ਇਸ ਦਾ ਜ਼ਿਕਰ ਜਿਹੜਾ ਹੈ ਬੰਦਈ ਖਾਲਸਿਆਂ ਦੇ ਇਤਿਹਾਸ ਵਿੱਚ ਮਿਲਦਾ ਹੈ ਕਿ ਕੁਛ ਜਿਹੜੇ ਇਹਨਾਂ ਨੇ ਫਰਿਆਦ ਕੀਤੀ, ਜਿਹੜੇ ਸਿੰਘਾਂ ਦੇ ਸਿੰਘ ਸ਼ਹੀਦ ਹੋ ਗਏ ਅਤੇ ਉਹਨਾਂ ਦੀਆਂ ਇਸਤਰੀਆਂ ਨੇ ਗੁਜ਼ਾਰੇ ਵਾਸਤੇ, ਤਾਂ ਉਹਨਾਂ ਨੂੰ ਕੁਝ ਗੁਜ਼ਾਰਾ ਅਤੇ ਕੁਛ ਉਹਨਾਂ ਨੂੰ ਜਗ੍ਹਾ ਦਿੱਤੀ ਗਈ ਸਰਕਾਰ ਵੱਲੋਂ। ਬੰਦਈ ਖਾਲਸਿਆਂ ਵੱਲੋਂ ਇਹ ਗੱਲ ਵੀ ਕੁਛ ਆਈ ਕਿ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ, ਜਾਂ ਗੁਰੂ ਵਾਕਨ ਉਸ ਤੋਂ ਇੱਕ ਵੱਖਰੇ ਤੌਰ 'ਤੇ ਕੁਝ ਵੱਧ ਸਤਿਕਾਰ ਦੇਣਾ ਸ਼ੁਰੂ ਕੀਤਾ। ਪਰ ਚੂੰਕਿ ਬੰਦਾ ਸਿੰਘ ਬਹਾਦਰ ਤੋਂ ਬਾਅਦ ਖਾਲਸੇ ਦੀ ਅਗਵਾਈ ਦੇ ਵਿੱਚ ਜਿਹੜੇ ਤੱਤ ਖਾਲਸਾ, ਜਿਹੜਾ ਕਿ ਗੁਰਮਰਿਆਦਾ ਦੇ ਅਨੁਸਾਰ ਨਿਹੰਗ ਸਿੰਘਾਂ ਦਾ ਜਿਹੜਾ ਜੱਥਾ ਸੀ, ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ, ਬਈ ਇਹ ਤਾਂ ਖਾਲਸੇ ਦੇ ਜੱਥੇਦਾਰ ਨੇ ਅਤੇ ਜੱਥੇਦਾਰ ਤਾਂ ਕੋਈ ਹੋਰ ਵੀ ਚੁਣਿਆ ਜਾ ਸਕਦਾ, ਤਾਂ ਇਹ ਜਿਹੜਾ ਆਪਸ ਦੇ ਵਿੱਚ ਦੋਹਾਂ ਦੇ ਵਿੱਚ ਬੰਦਈ ਅਤੇ ਤੱਤ ਖਾਲਸੇ ਦੇ ਵਿੱਚ ਜਿਹੜਾ ਹਲਕਾ ਜਿੰਨਾ ਸਿਧਾਂਤਕ ਵਖਰੇਵਾਂ ਸੀ, ਮਾਤਾ ਸੁੰਦਰੀ ਜੀ ਦੇ ਪਾਸ ਜਦ ਗੱਲ ਪਹੁੰਚਦੀ ਹੈ ਤਾਂ ਉਹ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਬੈਠਿਆਂ ਹੋਇਆਂ ਇਸ ਗੱਲ ਦਾ ਨਿਪਟਾਰਾ ਕਰਨ ਦੇ ਲਈ ਕਹਿੰਦੇ ਨੇ, ਅਤੇ ਭਾਈ ਮਨੀ ਸਿੰਘ ਜੀ ਬੜੀ ਸਿਆਣਪ ਦੇ ਨਾਲ ਇਹਨਾਂ ਦੋਹਾਂ ਦੇ ਵਿੱਚ ਸੁਲਾ ਸਫਾਈ ਕਰਵਾ ਦਿੰਦੇ ਨੇ, ਬੰਦਈ ਦੇ ਅੰਦਰ ਔਰ ਤੱਤ ਖਾਲਸਾ ਦੇ ਅੰਦਰ, ਕਿਉਂਕਿ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਇੰਨੀ ਉੱਚੀ ਹੈ ਕਿ ਆਪ ਪਾਸ ਕੇਵਲ ਸਿੱਖ ਹੀ ਨਹੀਂ, ਆਪਦੇ ਪਾਸ ਤਾਂ ਦੂਜੇ ਧਰਮਾਂ ਦੇ ਲੋਕ ਵੀ ਅਧਿਆਤਮਕ ਅਗਵਾਈ ਦੇ ਲਈ ਆਉਂਦੇ ਰਹੇ ਨੇ। ਕਈ ਜਿਹੜੇ ਮੁਲਾਣੇ ਨੇ ਮੁਸਲਮਾਨ ਨੇ, ਇੱਥੋਂ ਤੱਕ ਕਿ ਲਾਹੌਰ ਦੇ ਕਾਜ਼ੀ ਆਪਣਾ ਪੁੱਤਰ ਦੀ ਸਿਹਤਯਾਬੀ ਦੇ ਲਈ ਭਾਈ ਮਨੀ ਸਿੰਘ ਜੀ ਦੇ ਪਾਸ ਆਉਂਦਾ ਹੈ, ਅਤੇ ਭਾਈ ਮਨੀ ਸਿੰਘ ਜੀ ਉਸ ਦਾ ਰੂਹਾਨੀਅਤ ਅਤੇ ਦਵਾ ਦਾਰੂ ਦੇ ਨਾਲ ਇਲਾਜ ਵੀ ਕਰਦੇ ਨੇ। ਭਾਈ ਮਨੀ ਸਿੰਘ ਜੀ ਦੇ ਨਾਲ ਗਿਆਨ ਚਰਚਾ ਦੇ ਲਈ ਕਈ ਤਰ੍ਹਾਂ ਦੇ ਲੋਕ ਸ਼ਾਸਤਰਾਰਥ ਵੀ ਕਰਦੇ ਨੇ, ਅਤੇ ਭਾਈ ਮਨੀ ਸਿੰਘ ਜੀ ਬੜੀ ਵਿਦਵਤਾ ਦੇ ਨਾਲ ਸਿੱਖ ਸਿਧਾਂਤਾਂ ਦੀ ਜਿਹੜੀ ਬਖੂਬੀ ਹੈ ਉਹ ਪ੍ਰਗਟ ਕਰਦੇ ਨੇ, ਅਤੇ ਉਹ ਚਰਚਾ ਦੇ ਲਈ ਵੀ ਹਰ ਵੇਲੇ ਤੱਤਪਰ ਰਹਿੰਦੇ ਨੇ। ਜਿਹੜੀ ਪੁੱਛਣਾ ਆਮ ਸੰਗਤ ਕਰਦੀ ਹੈ, ਕੋਈ ਸ਼ੰਕਾ ਕਰਦੀ ਹੈ, ਕਿਉਂਕਿ ਗੁਰੂ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਕਾਫੀ ਸਮਾਂ ਰਹੇ ਨੇ, ਆਪ ਜੀ ਪੋਥੀਆਂ ਵੀ ਲਿਖਦੇ ਰਹੇ ਨੇ, ਆਪਨੇ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਵੀ ਕਰਵਾਏ ਨੇ, ਫਿਰ ਗੁਰੂ ਸਾਹਿਬ ਦੇ ਨਿਕਟਵਰਤੀ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆਂ ਗੁਰਬਾਣੀ ਦੇ ਗੁਰਜੇ ਭੇਦਾਂ ਨੂੰ ਵੀ ਜਾਣਦੇ ਨੇ। ਜਿੱਥੇ ਆਪ ਨਾਮ ਬਾਣੀ ਦੇ ਅਭਿਆਸੀ ਨੇ, ਉੱਥੇ ਜਿਹੜੀ ਕੋਈ ਪੁੱਛਣਾ ਕਿਸੇ ਸੰਗਤ ਦੀ ਕੋਈ ਸ਼ੰਕਾ ਹੈ ਉਸਨੂੰ ਵੀ ਨਿਵਿਰਤ ਕਰਦੇ ਨੇ। ਇਤਿਹਾਸ ਦੇ ਪੱਖੋਂ ਭਾਈ ਗੁਰਦਾਸ ਜੀ
ਹੁਣ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ 6ਵੇਂ ਪਾਤਸ਼ਾਹ ਤੱਕ ਜਿਹੜੇ ਜਿਹੜੇ ਗੁਰਸਿੱਖਾਂ ਦੇ ਨਾਂ ਲਿਖੇ ਨੇ ਉਹਨਾਂ ਸਿੱਖਾਂ ਦੇ ਟੂਕ ਮਾਤਰ ਕੇਵਲ ਨਾਮ ਹਨ, ਪਰ ਉਹਨਾਂ ਦੇ ਨਾਲ ਸੰਬੰਧਿਤ ਉਹਨਾਂ ਦੇ ਜੀਵਨ ਦੇ ਜਿਹੜੇ ਵੇਰਵੇ ਨੇ, ਭਾਈ ਮਨੀ ਸਿੰਘ ਜੀ ਜਦੋਂ ਸਿੱਖ ਪੁੱਛਦੇ ਨੇ ਕਿਸੇ ਸਿੱਖ ਬਾਰੇ ਤਾਂ ਉਹਨਾਂ ਦਾ ਪੂਰਾ ਵੇਰਵਾ ਦਿੰਦੇ ਨੇ। ਜੋ ਵੀ ਵਿਆਖਿਆ ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਦੀ ਕੀਤੀ, ਜਿਹੜੀ ਸਿਧਾਂਤਕ ਵਿਆਖਿਆ ਕੀਤੀ, ਜਿਸ ਤਰ੍ਹਾਂ ਸੰਗਤਾਂ ਨੇ ਇਹਨਾਂ ਤੋਂ ਪੁੱਛਣਾ ਕੀਤੀ ਅਤੇ ਆਪ ਜੀ ਦੱਸਦੇ ਰਹੇ ਹਨ। ਤਾਂ ਇੱਕ ਭਾਈ ਸੂਰਤ ਸਿੰਘ ਜੀ ਹੋਏ ਨੇ, ਭਾਈ ਮਨੀ ਸਿੰਘ ਜੀ ਨੇ ਜੋ ਕੁਛ ਗੁਰਮਤਿ ਦੀ ਵਿਆਖਿਆ ਕੀਤੀ, ਜਿਹੜੀ ਗਿਆਨ ਰਤਨਾਵਲੀ ਦੇ ਨਾਮ ਹੇਠ ਇਹ ਜਿਹੜੀ ਸਾਨੂੰ ਗ੍ਰੰਥ ਮਿਲਦਾ ਹੈ ਗਿਆਨ ਰਤਨਾਵਲੀ, ਲਿਖਿਆ ਤਾਂ ਭਾਈ ਸੂਰਤ ਸਿੰਘ ਨੇ ਹੈ, ਪਰ ਇਹ ਨਾ ਕਿ ਭਾਈ ਮਨੀ ਸਿੰਘ ਜੀ ਦੁਆਰਾ ਗਿਆਨ ਰਤਨਾਵਲੀ, ਕਿਉਂਕਿ ਭਾਈ ਮਨੀ ਸਿੰਘ ਜੀ ਨੇ ਜੋ ਵਿਆਖਿਆ ਕੀਤੀ ਲਿਖਾਰੀ ਭਾਈ ਸੂਰਤ ਸਿੰਘ ਹੋਏ ਨੇ, ਪਰ ਉਸ ਨੂੰ ਉਸ ਵੇਲੇ ਬੋਲਿਆ ਹੈ, ਜਿਹੜਾ ਸੰਗਤ ਨੇ ਪੁੱਛਣਾ ਕੀਤੀ ਭਾਈ ਮਨੀ ਸਿੰਘ ਜੀ ਦੱਸਦੇ ਗਏ ਨੇ, ਪਰ ਉਸ ਨੂੰ ਰਿਕਾਰਡ ਜਿਹੜਾ ਉਹ ਭਾਈ ਸੂਰਤ ਸਿੰਘ ਨੇ ਕੀਤਾ। ਇਸੇ ਤਰ੍ਹਾਂ ਕਿਸੇ ਨੇ ਪੁੱਛਣਾ ਕੀਤੀ ਸਿੱਖ ਇਤਿਹਾਸ ਬਾਰੇ, ਗੁਰ ਇਤਿਹਾਸ ਨਾਲ ਸੰਬੰਧਿਤ ਸਿੱਖਾਂ ਬਾਰੇ, ਨਾ ਕੇਵਲ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਆਏ ਨੇ, ਪਰ ਉਹਨਾਂ ਸਿੱਖਾਂ ਦਾ ਜਿਹੜਾ ਸਾਨੂੰ ਵੇਰਵਾ ਮਿਲਦਾ, ਜਿਹੜਾ ਸਾਨੂੰ ਉਹਨਾਂ ਦਾ ਇਤਿਹਾਸ ਮਿਲਦਾ, ਉਹ ਸਿੱਖਾਂ ਦੀ ਭਗਤ ਮਾਲ ਦੇ ਰੂਪ ਵਿੱਚ ਕਿਹਾ ਜਾਂਦਾ ਕਿਰਤ ਭਾਈ ਮਨੀ ਸਿੰਘ ਜੀ, ਪਰ ਵਾਸਤਵ ਵਿੱਚ ਲਿਖਾਰੀ ਭਾਈ ਸੂਰਤ ਸਿੰਘ ਨੇ। ਅਤੇ ਸੰਗਤਾਂ ਜਿਵੇਂ ਜਿਵੇਂ ਪੁੱਛਣਾ ਕਰਦੀਆਂ ਰਹੀਆਂ, ਭਾਈ ਮਨੀ ਸਿੰਘ ਜੀ ਸੰਗਤਾਂ ਵਿੱਚ ਜਿਵੇਂ ਜਿਵੇਂ ਵਿਚਰਦੇ ਰਹੇ ਉਹ ਆਪਣੇ ਵਿਖਿਆਨ ਕਰਦੇ ਸਨ ਅਤੇ ਭਾਈ ਸੂਰਤ ਸਿੰਘ ਉਸਨੂੰ ਲਿਖਦੇ ਸਨ। ਸੋ ਇੱਕ ਮਹਾਨ ਲਿਖਾਰੀ ਹੋਣ ਦੇ ਨਾਤੇ, ਇੱਕ ਮਹਾਨ ਵਿਆਖਿਆਕਾਰ ਹੋਣ ਦੇ ਨਾਤੇ, ਭਾਈ ਮਨੀ ਸਿੰਘ ਜੀ ਦੀ ਜਿਹੜੀ ਸ਼ਖਸੀਅਤ ਹੈ ਅੰਮ੍ਰਿਤਸਰ ਦੇ ਵਿੱਚ, ਇਹ ਇਹਨਾਂ ਦੀ ਕੀਰਤੀ ਚੌਕੁੰਟੀ ਫੈਲਦੀ ਹੈ। ਕਿਉਂਕਿ ਭਾਈ ਮਨੀ ਸਿੰਘ ਜੀ ਨੇ ਖੁਦ ਨਹੀਂ ਲਿਖਿਆ, ਫਿਰ ਸਾਨੂੰ ਜਿਹੜੇ ਖਰੜੇ ਮਿਲਦੇ ਨੇ ਸਮਾਂ ਪਾ ਕੇ, ਉਹਨਾਂ ਦੇ ਵਿੱਚ ਕੁਛ ਹਸਤਖੇਪਤਾ ਹੋ ਸਕਦੀ ਹੈ, ਪਰ ਇਹ ਬਹੁਤ ਵੱਡੀ ਬਹੁਮੁੱਲੀ ਇਤਿਹਾਸਕ ਵਿਰਾਸਤ ਹੈ ਸਾਡੇ ਪਾਸ, ਜਿਹੜੀ ਕਿ ਭਾਈ ਮਨੀ ਸਿੰਘ ਜੀ ਨੇ ਉਸ ਵੇਲੇ ਸੰਗਤਾਂ ਦੀਆਂ ਪੁੱਛਣਾ ਦੇ ਜਵਾਬ ਦਿੱਤੇ ਨੇ, ਭਾਈ ਸੂਰਤ ਸਿੰਘ ਨੇ ਲਿਖੇ ਨੇ। ਪਰ ਇਹਨਾਂ ਨੂੰ ਵਾਚਣ ਲੱਗਿਆ, ਇਹਨਾਂ ਨੂੰ ਦੇਖਣ ਲੱਗਿਆ ਥੋੜ੍ਹੇ ਜਿਹੇ ਕੌਸ਼ਨ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਮੂਲ ਰੂਪ ਵਿੱਚ ਇਹ ਭਾਈ ਮਨੀ ਸਿੰਘ ਜੀ ਵਾਲਾ ਲਿਖੇ ਹੋਏ ਨਹੀਂ, ਉਹਨਾਂ ਵੱਲੋਂ ਬੋਲੇ ਹੋਏ ਨੇ। ਸੋ ਭਾਈ ਮਨੀ ਸਿੰਘ ਜੀ ਦਾ ਜਦੋਂ ਇਹਨਾਂ ਨੇ ਇਹ ਵੇਖਿਆ ਕਿ ਸਿੱਖਾਂ ਦਾ ਉਹ ਸਮਾਂ ਹੈ, ਜਦੋਂ ਇਹਨਾਂ ਨੇ ਬੰਦੇਈ ਖਾਲਸਾ ਅਤੇ ਤੱਤ ਖਾਲਸਾ ਦਾ ਆਪਸ ਵਿੱਚ ਸਮਝੌਤਾ ਕਰਾਤਾ, ਬਹੁਤ ਸਾਰੇ ਜਿਹੜੇ ਵਿਦਵਾਨ ਪੁਰਸ਼ ਆਉਂਦੇ ਨੇ ਉਹਨਾਂ ਨਾਲ ਗਿਆਨ ਚਰਚਾ ਵੀ ਕੀਤੀ ਹੈ, ਪਰ ਇਹ ਹੀ ਉਹ ਸਮਾਂ ਹੈ ਜਿਸ ਵੇਲੇ ਬਹੁਤ ਸਾਰਾ ਜਿਹੜਾ ਖਾਲਸਾ ਹੈ ਉਹਨਾਂ ਦਾ ਸ਼ਿਕਾਰ ਹੋ ਰਿਹਾ। ਕਈ ਤਰੀਕਿਆਂ ਦੇ ਨਾਲ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਨੇ। ਭਾਈ ਮਨੀ ਸਿੰਘ ਜੀ ਨੇ ਇਸ ਵੇਲੇ ਇਹ ਖਿਆਲ ਕੀਤਾ ਕਿ 1633 ਦੇ ਆਸ ਪਾਸ
ਕਿ ਖਾਲਸੇ ਨੂੰ ਸੰਗਠਿਤ ਕਰਨ ਦੇ ਲਈ ਉਪਰਾਲਾ ਕੀਤਾ ਜਾਏ। ਸੋ ਆਪ ਲਾਹੌਰ ਜਾ ਕਰਕੇ ਉਹਨਾਂ ਪਾਸੋਂ, ਹਕੂਮਤ ਪਾਸੋਂ ਇਹ ਇਜਾਜ਼ਤ ਮੰਗਦੇ ਹਨ ਕਿ ਅਸੀਂ ਦੀਵਾਲੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਮਨਾਉਣ ਦੀ ਇਜਾਜ਼ਤ ਮੰਗੀ ਜਾਏ। ਸੋ ਲਾਹੌਰ ਦੇ ਦਰਬਾਰ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਜੀ ਜੇਕਰ ਦੀਵਾਲੀ ਦਾ ਤੁਸੀਂ ਮੇਲਾ ਲਗਾਉਣਾ ਹੈ ਔਰ ਦੀਵਾਲੀ ਅੰਮ੍ਰਿਤਸਰ ਵਿੱਚ ਮਨਾਉਣੀ ਹੈ ਤਾਂ ਤੁਹਾਨੂੰ ਜ਼ਜ਼ੀਆ ਦੇਣਾ ਪਵੇਗਾ। ਸੋ ਜ਼ਜ਼ੀਆ ਦੇਣ ਦਾ ਭਾਵ ਕਿ ਇੱਕ ਉਸ ਸਮੇਂ ਦਾ ਜਿਹੜਾ ਮੇਲਾ ਲਗਾਉਣ ਦਾ ਟੈਕਸ ਸੀ, ਇੱਕ ਕਰ ਸੀ, ਉਹ ਦੇਣ ਦਾ ਇਹਨਾਂ ਨੇ ਮੰਨਣਾ ਕੀਤਾ ਅਤੇ ਇਸ ਦੀ ਇਜਾਜ਼ਤ ਮਿਲ ਗਈ। ਜਿਹੜੀ ਸੰਗਤ ਲਾਹੌਰ ਵਿੱਚ ਹੈ ਉਹ ਵਾਚ ਰਹੀ ਹੈ ਕਿ ਹਕੂਮਤ ਕੀ ਕਰ ਰਹੀ ਹੈ। ਦੂਜੇ ਬੰਨੇ ਉੱਥੋਂ ਦੇ ਜਿਹੜੇ ਦੀਵਾਨ ਨੇ, ਜਿਵੇਂ ਦੀਵਾਨ ਲਖਪਤ ਰਾਏ ਹੈ, ਉਹ ਇਜਾਜ਼ਤ ਦਿੰਦਾ ਕਿ ਅਸੀਂ ਸਿੱਖਾਂ ਨੂੰ ਸਿੱਖ ਹਕੂਮਤ ਦੇ ਖਿਲਾਫ ਨੇ ਅਤੇ ਅਸੀਂ ਉਹਨਾਂ ਦਾ ਸ਼ਿਕਾਰ ਕਰਦੇ ਹਾਂ ਅਤੇ ਬਹੁਤ ਚੰਗਾ ਮੌਕਾ ਹੈ ਕਿ ਜਿਹੜਾ ਖਾਲਸਾ ਇਕੱਠਾ ਹੋਏਗਾ ਅਸੀਂ ਸਾਰਿਆਂ ਨੂੰ ਬੜੀ ਛੇਤੀ ਗ੍ਰਿਫਤਾਰ ਕਰ ਸਕਦੇ ਹਾਂ, ਮਾਰ ਸਕਦੇ ਹਾਂ। ਅਤੇ ਲਾਹੌਰ ਦੇ ਸਿੱਖਾਂ ਨੂੰ ਇਹ ਗੱਲ ਦੀ ਭਿਣਕ ਪੈ ਜਾਂਦੀ ਹੈ। ਇਹ ਭਾਈ ਮਨੀ ਸਿੰਘ ਜੀ ਨੂੰ ਆ ਕੇ ਦੱਸਦੇ ਨੇ। ਭਾਈ ਮਨੀ ਸਿੰਘ ਜੀ ਉਸੇ ਵੇਲੇ ਸਾਰੇ ਸਿੱਖਾਂ ਨੂੰ, ਜਿੱਥੇ ਪਹਿਲਾਂ ਚਿੱਠੀਆਂ ਲਿਖੀਆਂ ਸੀ ਕਿ ਦੀਵਾਲੀ ਦੇ ਮੌਕੇ 'ਤੇ ਇਕੱਠੇ ਹੋਵੋ, ਤਾਂ ਦੂਜੇ ਬੰਨੇ ਇਹ ਆਗਾਹ ਕਰ ਦਿੰਦੇ ਨੇ ਉਸ ਸਾਰੇ ਰਾਟ ਖਾਲਸਾ ਨੂੰ, ਕਿਉਂਕਿ ਖਾਲਸਾ ਕਾਰੋਬਾਰੀ ਵੀ ਹੈ, ਖਾਲਸਾ ਖੇਤੀਬਾੜੀ ਕਰਨ ਵਾਲਾ ਵੀ ਹੈ, ਖਾਲਸਾ ਉਹ ਵੀ ਹੈ ਜਿਹੜਾ ਸਰਕਾਰੀ ਦਰਬਾਰੇ ਨੌਕਰੀ ਵੀ ਕਰਦਾ ਹੈ, ਅਤੇ ਖਾਲਸਾ ਉਹ ਵੀ ਹੈ ਜਿਹੜਾ ਹਕੂਮਤ ਦੇ ਖਿਲਾਫ਼ ਜੰਗ ਕਰ ਰਿਹਾ, ਜਿਸ ਨੂੰ ਰਾਟ ਖਾਲਸਾ ਕਹਿੰਦੇ ਨੇ। ਅਤੇ ਭਾਈ ਮਨੀ ਸਿੰਘ ਜੀ ਨੇ ਤਾਂ ਸਭ ਨੂੰ ਚਿੱਠੀਆਂ ਲਿਖੀਆਂ ਸੀ ਕਿ ਆਓ ਦੀਵਾਲੀ ਦੇ ਮੌਕੇ 'ਤੇ, ਕਿ ਸਰਕਾਰ ਵੱਲੋਂ ਇਜਾਜ਼ਤ ਮਿਲੀ ਹੈ। ਪਰ ਜਦੋਂ ਇਹ ਪਤਾ ਲੱਗ ਗਿਆ ਕਿ ਇਹ ਇਜਾਜ਼ਤ ਨਹੀਂ, ਇਹ ਤਾਂ ਉਸ ਵੇਲੇ ਦਾ ਜਿਹੜਾ ਦੀਵਾਨ ਲਖਪਤ ਰਾਏ ਹੈ, ਇਸ ਨੇ ਸਰਕਾਰ ਨਾਲ ਮਿਲ ਕੇ ਗੁੰਦਾਂ ਗੁੰਦੀਆਂ ਕਿ ਖਾਲਸਾ ਇਕੱਠਾ ਹੋਏਗਾ ਅਤੇ ਅਸੀਂ ਕਤਲ ਕਰ ਦਿਆਂਗੇ। ਸੋ ਇਹ ਰਾਟ ਖਾਲਸਾ ਤਾਂ ਸਾਰਿਆਂ ਨੂੰ ਚਿੱਠੀਆਂ ਭੇਜ ਦਿੰਦੇ ਨੇ ਬਈ ਤੁਸੀਂ ਅੰਮ੍ਰਿਤਸਰ ਇਕੱਠੇ ਨਾ ਹੋਵੋ। ਸੋ ਉਧਰੋਂ ਦੀ ਇਹ ਤਾਕ ਲਗਾ ਕੇ ਅੰਮ੍ਰਿਤਸਰ ਦੇ ਨੇੜੇ ਆਪਣੀਆਂ ਫੌਜਾਂ ਛੁਪਾ ਕੇ ਅਤੇ ਪਹਿਰੇ ਲਗਾ ਕੇ ਬੈਠ ਜਾਂਦੇ ਨੇ ਅਤੇ ਸਿੱਖ ਸੰਗਤ ਇੰਨੀ ਨਹੀਂ ਆਉਂਦੀ, ਜਿਹੜੇ ਆਉਂਦੇ ਨੇ ਮੇਲਾ ਭਰਿਆ ਨਹੀਂ ਅਤੇ ਇੰਨੀ ਚੜ੍ਹਤ ਨਹੀਂ ਹੁੰਦੀ ਕਿ ਜਿਹੜਾ ਕਰ 10,000 ਦਾ ਜਿਹੜਾ ਉਸ ਵੇਲੇ ਇਹਨਾਂ ਨੇ ਦੇਣਾ ਕੀਤਾ ਉਹ ਇਕੱਠਾ ਹੀ ਨਹੀਂ ਹੁੰਦਾ। ਹੁਣ ਮੇਲਾ 10 ਦਿਨ ਲੱਗਣਾ ਸੀ, 10 ਦਿਨ ਦੇ ਵਿੱਚ ਸੰਗਤ ਆਈ ਨਹੀਂ, ਮੇਲਾ ਭਰਿਆ ਨਹੀਂ, ਚੜਾਵਾ ਇਕੱਠਾ ਹੋਇਆ ਨਹੀਂ ਅਤੇ ਕਰ ਨਾ ਦਿੱਤਾ ਜਾ ਸਕਿਆ। ਹੁਣ ਸਰਕਾਰ ਨੇ ਜਵਾਬ ਤਲਬ ਕੀਤਾ ਅਤੇ ਟੈਕਸ ਮੰਗਿਆ, ਤਾਂ ਭਾਈ ਮਨੀ ਸਿੰਘ ਜੀ ਨੇ ਸਾਫ਼ ਏਲਚੀ ਭੇਜ ਕਰਕੇ ਇਸ ਗੱਲ ਦਾ ਉਹਨਾਂ ਅੱਗੇ ਸਫਾਈ ਦਿੱਤੀ ਕਿ ਜਦ ਮੇਲਾ ਹੀ ਨਹੀਂ ਲੱਗਿਆ, ਸਰਕਾਰ ਦੀ ਨੀਅਤ ਵਿੱਚ ਹੀ ਖੋਟ ਹੈ ਅਤੇ ਇਹ ਗੱਲ ਅਸੀਂ ਟੈਕਸ ਇਸ ਤਰ੍ਹਾਂ ਕਿਸ ਕਰਕੇ ਭਰੀਏ। ਤਾਂ ਗੱਲਬਾਤ ਹੋਈ ਕਿ ਟੈਕਸ ਤਾਂ ਤੁਹਾਨੂੰ ਦੇਣਾ ਹੀ ਪਵੇਗਾ। ਤਾਂ ਫਿਰ ਆਪਸ ਦੇ ਵਿੱਚ ਇਹ ਗੱਲ ਆਈ ਕਿ ਚਲੋ ਦੀਵਾਲੀ 'ਤੇ ਇਹ ਆਪਸ ਦੇ ਵਿੱਚ ਬੇਇਤਬਾਰੀ ਹੋਈ ਹੈ। ਇੱਧਰੋਂ ਦੀ ਸਰਕਾਰ ਚਾਹੁੰਦੀ ਸੀ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਇਸ ਮੌਕੇ 'ਤੇ ਖਾਲਸੇ ਨੂੰ ਇਕੱਠਾ ਕਰੀਏ,
ਅਤੇ ਇਹਨਾਂ ਦਾ ਕਤਲ ਕਰ ਦਈਏ। ਸੋ ਹੁਣ ਭਾਈ ਮਨੀ ਸਿੰਘ ਜੀ ਵੱਲੋਂ ਇੱਕ ਹੋਰ ਜਿਹੜੀ ਇਹਨਾਂ ਦੇ ਅੱਗੇ ਇੱਕ ਅਲਟਰਨੇਟਿਵ ਇੱਕ ਸੁਝਾਅ ਦਿੱਤਾ ਜਾਂਦਾ ਕਿ ਤੁਸੀਂ ਵਿਸਾਖੀ ਦੇ ਮੌਕੇ 'ਤੇ ਸਾਨੂੰ ਇਜਾਜ਼ਤ ਦਿਓ, ਵਿਸਾਖੀ 'ਤੇ ਖਾਲਸਾ ਇਕੱਠਾ ਹੋਏਗਾ ਅਤੇ ਅਸੀਂ ਦੁਬਾਰਾ ਜਿਹੜਾ ਹੈ ਅਸੀਂ ਤੁਹਾਨੂੰ ਇਹ ਜਿਹੜਾ ਟੈਕਸ 10,000 ਦਾ ਇਹ ਦੇ ਦਿਆਂਗੇ। ਵਿਸਾਖੀ ਦੇ ਮੌਕੇ 'ਤੇ ਫਿਰ ਉਹੀ ਗੱਲ ਹੋ ਗਈ, ਇੱਧਰੋਂ ਦੀ ਸਰਕਾਰ ਮੰਨ ਗਈ ਕਿ ਅਸੀਂ ਮੇਲਾ ਲੱਗਣ ਦਿਆਂਗੇ, ਪਰ ਫਿਰ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਆ ਗਿਆ। ਲਾਹੌਰ ਦੇ ਲੋਕਾਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਦੁਬਾਰਾ ਦੱਸਿਆ ਅਤੇ ਫਿਰ ਚਿੱਠੀਆਂ ਲਿਖੀਆਂ ਗਈਆਂ ਕਿ ਰਾਠ ਖਾਲਸਾ ਨਾ ਆਵੇ। ਸੋ ਖਾਲਸਾ ਨਹੀਂ ਆਇਆ, ਵਿਸਾਖੀ ਦੇ ਮੌਕੇ 'ਤੇ ਫਿਰ ਮੇਲਾ ਨਹੀਂ ਲੱਗ ਸਕਿਆ, ਨਾ ਲੱਗਿਆ, ਉਹਨਾਂ ਨੇ ਟੈਕਸ ਮੰਗਿਆ। ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ। ਹੁਣ ਉਹਨਾਂ ਪਾਸੋਂ ਮੰਗਦੇ ਨੇ, ਖਾਲਸਾ ਕਹਿੰਦਾ ਅਸੀਂ ਟੈਕਸ ਦੇ ਦਿੰਦੇ ਹਾਂ, ਪਰ ਉਹਨਾਂ ਨੇ ਕਿਹਾ ਅਸੀਂ ਅਕਾਰਨ ਨਜ਼ਾਇਜ਼ ਟੈਕਸ ਨਹੀਂ ਦਿਆਂਗੇ। ਜਦ ਸਾਰੀ ਗਲਤੀ ਤਾਂ ਸਰਕਾਰ ਦੀ ਹੈ ਕਿ ਉਸਨੇ ਦੋਨੋਂ ਵੇਲੇ ਮੇਲਾ ਨਹੀਂ ਭਰਨ ਦਿੱਤਾ, ਉਸਨੇ ਖੋਟ ਕਰਕੇ, ਨੀਅਤ ਵਿੱਚ ਉਹਨਾਂ ਦੇ ਖੋਟ ਹੈ, ਉਹ ਖਾਲਸੇ ਨੂੰ ਮਾਰਨਾ ਚਾਹੁੰਦੇ ਨੇ। ਅਤੇ ਇੱਧਰੋਂ ਦੀ ਭਾਈ ਮਨੀ ਸਿੰਘ ਜੀ ਨਾਲ ਇਹਨਾਂ ਨੂੰ ਜੇਲ੍ਹ ਦੇ ਅੰਦਰ, ਕੈਦ ਦੇ ਅੰਦਰ ਕਈ ਸਿੱਖ ਮਿਲਣ ਜਾਂਦੇ ਨੇ। ਇਹ ਉਪਦੇਸ਼ ਗੁਰਬਾਣੀ ਦੀ ਸੰਥਿਆ ਵਿਆਖਿਆ ਜੇਲ੍ਹ ਵਿੱਚ ਵੀ ਕਰਦੇ ਨੇ। ਸਰਕਾਰ ਕਹਿੰਦੀ ਹੈ ਕਿ ਜਿਹੜੇ ਸਿੱਖ ਤੁਹਾਨੂੰ ਮਿਲਣ ਆਉਂਦੇ ਨੇ ਸਾਨੂੰ ਪਕੜਵਾਓ, ਪਰ ਮਨੀ ਸਿੰਘ ਜੀ ਇਸ ਭਾਈ ਮਨੀ ਸਿੰਘ ਜੀ ਇਸ ਗੱਲ ਤੋਂ ਇਨਕਾਰ ਕਰਦੇ ਨੇ। ਅਖੀਰ ਦੇ ਅੰਦਰ ਭਾਈ ਮਨੀ ਸਿੰਘ ਜੀ ਨੂੰ ਅਕਾਜ਼ੀ ਹੁਕਮ ਕਰਦਾ ਕਿ ਇਹਨਾਂ ਦਾ ਇਹਨਾਂ ਨੂੰ ਪਹਿਲਾਂ ਤਾਂ ਕਿਹਾ ਜਾਂਦਾ ਇਸਲਾਮ ਕਬੂਲ ਕਰੋ, ਪਰ ਭਾਈ ਮਨੀ ਸਿੰਘ ਜੀ ਇਸ ਗੱਲ 'ਤੇ ਬਿਲਕੁਲ ਮਨ੍ਹਾ ਕਰਦੇ ਨੇ। ਆਪ ਦੀ ਉਮਰ ਇਸ ਵੇਲੇ 90 ਸਾਲ ਦੀ ਹੈ, ਔਰ ਇੰਨੀ ਚੜ੍ਹਦੀ ਕਲਾ ਵਿੱਚ, ਇੰਨੇ ਨਾਮ ਬਾਣੀ ਦੇ ਰਸੀਏ, ਇੰਨੇ ਦੇਹ ਅਭਿਆਸੀ, ਕਿਉਂਕਿ ਅਸੀਂ ਜਦੋਂ ਨਾਮ ਦੇ ਰਾਹ 'ਤੇ, ਨਾਮ ਬਾਣੀ ਨੂੰ ਜਦੋਂ ਸਿੱਖ ਜਿਹੜਾ ਹੈ ਸਤਿਗੁਰ ਕੀ ਬਾਣੀ, ਸਤ ਸਰੂਪ ਹੈ ਗੁਰਬਾਣੀ ਬਣੀਏ, ਜਦੋਂ ਉਹ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ ਤਾਂ ਇਹ ਜਿਹੜੀ ਦੇਹ ਹੈ, ਇਹ ਜਿਹੜੀ ਦੇਹ ਘੋੜੀ ਹੈ, ਮਨ ਪੂਰੀ ਤਰ੍ਹਾਂ, ਮਨ ਦੇ ਉੱਤੇ ਜਿਹੜੀ ਆਤਮ ਹੈ ਉਹ ਪੂਰੀ ਤਰ੍ਹਾਂ ਅਸਵਾਰ ਹੋ ਜਾਂਦਾ, ਫਿਰ ਮਨੁੱਖ ਦੇਹ ਤੋਂ ਵਿਦੇਹ ਹੋ ਜਾਂਦਾ। ਅਤੇ ਇਹ ਜਿਹੜਾ ਹੁਕਮ, ਜਿਹੜਾ ਸ਼ਾਹੀ ਫੁਰਮਾਨ ਆਉਂਦਾ ਹੈ ਕਿ ਕਾਜ਼ੀ ਵੱਲੋਂ ਜਿਹੜਾ ਸ਼ਰ੍ਹਾਂ ਦੇ ਅਨੁਸਾਰ ਹੁਕਮ ਦਿੱਤਾ ਜਾਂਦਾ ਹੈ ਕਿ ਇਹਨਾਂ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਜਾਏ, ਤਾਂ ਸ਼ਹੀਦ ਗੰਜ ਉਹਨਾਂ ਖਾਸ ਚੌਂਕ 'ਤੇ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ। ਬੰਦ ਕੱਟਣ ਦੇ ਲਈ ਜਿਵੇਂ ਕਿ ਸਾਨੂੰ ਪੁਰਾਤਨ ਇਤਿਹਾਸ ਵਿੱਚ ਮਿਲਦਾ ਹੈ, ਲਿਖਿਆ ਜਿਹੜੇ ਡਾਕੂਮੈਂਟੇਸ਼ਨਸ ਮਿਲਦੀਆਂ ਨੇ ਕਿ ਜਦੋਂ ਜਲਾਦ ਇਹਨਾਂ ਦਾ ਗੁੱਟ ਉੱਤੇ ਇਹਨਾਂ ਨੂੰ ਬੰਦ ਕੱਟਣ ਲੱਗਦਾ ਹੈ ਅਤੇ ਉਹਨੇ ਕਿਹਾ ਵੀ ਤੈਨੂੰ ਰੁਕ ਜਾ, ਤੂੰ ਇਹ ਤਾਂ ਦੱਸ ਕਿ ਤੈਨੂੰ ਹੁਕਮ ਕੀ ਹੋਇਆ। ਕਹਿੰਦਾ ਜੀ ਬੰਦ ਕੱਟਣ ਦਾ, ਅਤੇ ਗੁੱਟ ਪਹਿਲਾਂ ਬੰਦ ਹੈ, ਇਹ ਉਂਗਲੀ ਦੇ ਪੋਟੇ ਵੀ ਤਾਂ ਬੰਦ ਨੇ। ਇਹ ਸੀ ਗੁਰਸਿੱਖ ਦਾ ਉਸ ਹੁਕਮ ਦੇ ਵਿੱਚ ਆਪਣੇ ਆਪ ਨੂੰ
ਮੌਤ ਨੂੰ ਜਿਉਂਦਿਆਂ ਜੀ ਇਸ ਮੌਤ ਨੂੰ ਜਿੱਤ ਲੈਣਾ, ਜਿਉਂਦਿਆਂ ਜੀ ਇਸ ਦੇਹ ਤੋਂ ਵਿਦੇਹ ਹੋ ਜਾਣਾ, ਜਿਉਂਦਿਆਂ ਜੀ ਇਸ ਜੀਵਨ ਦੇ ਵਿੱਚ ਮੁਕਤ ਹੋ ਜਾਣਾ, ਇਹ ਪ੍ਰਦਰਸ਼ਨ, ਇਹ ਡਿਮੋਨਸਟ੍ਰੇਸ਼ਨ, ਇਹ ਇਵੀਡੈਂਸ ਭਾਈ ਮਨੀ ਸਿੰਘ ਜੀ ਦੇ ਰਹੇ ਨੇ। ਜਿੱਥੇ ਆਪ ਇਤਨੇ ਮਹਾਨ ਯੋਧੇ ਨੇ, ਜਿੱਥੇ ਆਪ ਮਹਾਨ ਵਿਦਵਾਨ ਨੇ, ਉੱਥੇ ਪੂਰਨ ਬ੍ਰਹਮ ਗਿਆਨੀ ਵੀ ਹਨ। ਆਪ ਜੀ ਦੀ ਸ਼ਹੀਦੀ ਹੋਈ ਤਾਂ ਅੱਗੜ ਸਿੰਘ ਥਰਾਜ ਸਿੰਘ ਆਪ ਜੀ ਦੇ ਭਤੀਜੇ ਨੇ, ਜਿਨ੍ਹਾਂ ਨੇ, ਜਿਸ ਕਾਜ਼ੀ ਨੇ ਇਹ ਸ਼ਾਹੀ ਫੁਰਮਾਨ ਦਿੱਤਾ ਸੀ, ਉਸ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਭਾਈ ਮਨੀ ਸਿੰਘ ਜੀ ਨੂੰ ਅਕਾਰਨ ਸ਼ਹੀਦ ਕਰਨ ਦਾ, ਕਿ ਇੱਕ ਬੇਇਨਸਾਫੀ ਜਿਹੜੀ ਸਰਕਾਰ ਵੱਲੋਂ ਹੋਈ ਸੀ, ਉਸ ਦਾ ਬਦਲਾ ਇਹਨਾਂ ਦੇ ਭਤੀਜੇ ਅੱਗੜ ਸਿੰਘ ਥਰਾਜ ਸਿੰਘ ਜੀ ਲੈਂਦੇ ਨੇ। ਕਹਿਣ ਤੋਂ ਭਾਵ ਹੈ, ਸਿੱਖਾਂ ਦਾ ਇਤਿਹਾਸ, ਸ਼ਹੀਦੀਆਂ ਦਾ ਇਤਿਹਾਸ ਹੈ। ਹਰ ਸ਼ਹੀਦੀ ਇੱਕ ਚਾਨਣ ਮੁਨਾਰਾ ਹੈ, ਹਰ ਸ਼ਹੀਦੀ ਉਸ ਨਾਮ ਦੀ ਅਤੇ ਬਾਣੀ ਦੀ ਸ਼ਕਤੀ ਨੂੰ, ਗੁਰਬਾਣੀ ਦੀ ਸ਼ਕਤੀ ਨੂੰ ਪ੍ਰਗਟ ਕਰਦੀ ਹੈ ਕਿ ਜਿਹੜੇ ਇਸ ਅਭਿਆਸ 'ਤੇ ਤੁਰਦੇ ਨੇ ਉਹ ਕਿਵੇਂ ਮਹਾਨ ਯੋਧੇ ਬਣ ਜਾਂਦੇ ਨੇ, ਉਹ ਕਿਵੇਂ ਜਿਉਂਦਿਆਂ ਜੀ ਇਸ ਮੌਤ ਦੇ ਡਰ ਤੋਂ ਉਤਾਂਹ ਹੋ ਜਾਂਦੇ ਨੇ, ਇਸ ਭੈ ਤੋਂ ਨਿਰਭੈ ਹੋ ਜਾਂਦੇ ਨੇ। ਨਿਰਭੈ ਜਪੇ, ਨਿਰਭਉ ਜਪੇ, ਸਗਲ ਭਉ ਮਿਟੈ, ਅਤੇ ਕਿਵੇਂ ਆਪ ਜੀ ਨੇ ਪੂਰੇ ਸੰਸਾਰ ਦੇ ਅੰਦਰ ਕੇਵਲ ਸਿੱਖਾਂ ਨੂੰ ਹੀ ਨਹੀਂ, ਦੂਜੇ ਧਰਮਾਂ ਦੇ ਲੋਕਾਂ ਨੂੰ ਵੀ, ਜਿਹੜੇ ਗੁਰਮਤ ਦੇ ਗੂੜੇ ਸਿਧਾਂਤ ਨੇ, ਉਹਨਾਂ ਦੀ ਵਿਆਖਿਆ ਕਰ ਦਿੱਤੀ, ਅਤੇ ਸਾਡੇ ਪਾਸ ਗਿਆਨ ਰਤਨਾਵਲੀ ਦੇ ਰੂਪ ਵਿੱਚ, ਜੋ ਇਹਨਾਂ ਵੱਲੋਂ ਉਸ ਵੇਲੇ ਸਿੱਖ ਸੰਗਤਾਂ ਨੂੰ ਜੋ ਆਪ ਜੀ ਬਾਣੀ ਦਾ ਅਰਥ ਬੋਧ ਕਰਾਉਂਦੇ ਸਨ, ਉਹ ਸੰਸਾਰ ਆਪ ਜੀ ਦਾ ਉਹ ਜਿਹੜਾ ਸਹਿਤ ਹੈ, ਪੜਮੁੱਲਾ ਸਹਿਤ, ਉਹ ਸਾਡੇ ਪਾਸ ਪਹੁੰਚਿਆ ਹੈ, ਜਿਹੜਾ ਆਪ ਜੀ ਦੀ ਵਿਦਵਤਾ ਦਾ ਲਿਖਾਇਕ ਹੈ। ਭਾਈ ਮਨੀ ਸਿੰਘ ਜੀ ਦੇ ਉੱਤੇ ਸਾਨੂੰ ਕਾਫੀ ਖੋਜ ਕੀਤੀ ਹੈ ਇਹਨਾਂ ਦੇ ਜੀਵਨ ਬਾਰੇ, ਤਾਂ ਸਰਦਾਰ ਰਤਨ ਸਿੰਘ ਜੀ ਜੱਗੀ ਨੇ, ਜਿਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੀ ਜੀਵਨੀ ਅਤੇ ਰਚਨਾ ਦੇ ਉੱਤੇ ਜਿਤਨਾ ਅਵੇਲੇਬਲ, ਜਿਤਨਾ ਸਾਡੇ ਪਾਸ ਇਤਿਹਾਸਕ ਸਮੱਗਰੀ ਸੀ, ਉਸ ਦੇ ਆਧਾਰ ਉੱਤੇ ਉਹਨਾਂ ਨੇ ਇਹਨਾਂ ਦੀ ਜੀਵਨ ਅਤੇ ਰਚਨਾ ਦੇ ਉੱਤੇ ਕਲਮਬੱਧ ਕੀਤਾ ਹੈ। ਹੋਰ ਇਸ ਦਾ ਵਧੇਰੇ ਵਿਸਥਾਰ ਦੇਖਣਾ ਹੋਵੇ ਤਾਂ ਉਸ ਤੋਂ ਦੇਖਿਆ ਜਾ ਸਕਦਾ ਹੈ। ਇਹ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਵਾਣੀਆਂ ਕਹਾ ਪੁੱਤ